ਹਾਂਜੀ, ਕੀ ਹਾਲ ਚਾਲ ਆ ਪ੍ਰਧਾਨ ਸਾਰਿਆਂ ਦਾ? ਲਓ ਜੀ, ਸਤਿ ਸ਼੍ਰੀ ਅਕਾਲ ਜੀ, ਅਤੇ ਕੀ ਹਾਲ ਚਾਲ ਆ? ਅਤੇ ਅੱਜ ਦਾ ਵਲੌਗ ਸਟਾਰਟ ਹੋ ਗਿਆ। ਓਏ, ਅੱਛਾ ਅੰਦਰ ਆ ਗਏ ਸੀ? ਚਲੋ, ਅਤੇ ਹੁਣ ਪੂਰੀ ਅੰਦਰ ਆ ਗਈ, ਡੇਢ ਬਾਹਰ ਕੱਢੀ ਆ, ਅਤੇ ਅਸੀਂ ਹੁਣ ਚੱਲੇ ਹੈਗੇ ਸ਼ਹਿਰ। ਸੋ ਅੱਜ ਦਾ ਵਲੌਗ ਫਿਰ ਸਟਾਰਟ ਹੋ ਗਿਆ, ਠੀਕ ਹੈ। ਵਲੌਗ ਡੇਲੀ ਸਟਾਰਟ ਦਾ ਗੱਲ ਆ ਨਾ, ਪਰ ਐਂਡਿੰਗ ਦਾ ਮੈਨੂੰ ਪਤਾ ਲੱਗਦਾ ਅਤੇ ਵਲੌਗ ਪੂਰਾ ਹੋ ਗਿਆ ਕਿ ਨਹੀਂ, ਕਿਉਂਕਿ ਸ਼ਾਮ ਨੂੰ ਅੱਗੇ 5-6 ਦਿਨ ਤਾਂ ਬਣੀ ਗਏ ਆ। ਉਦੋਂ ਮੈਂ ਆਦਤ ਪਾਈ ਸੀ, ਘਰ ਰਹਿੰਦਾ ਸੀਗਾ, ਹੁਣ ਮੈਂ ਤਾਂ ਸ਼ਾਮ ਨੂੰ ਮਾੜਾ ਮੋਟਾ ਬਾਹਰ ਚੱਲ ਜਾਂਦਾ, ਕੱਲ੍ਹ ਵੀ ਬਾਹਰ ਚੱਲ ਗਿਆ ਘੁੰਮਣ, ਸੋ ਤਾਂ ਕਰਕੇ ਫਿਰ ਕੰਮ ਖਰਾਬ ਹੋ ਜਾਂਦਾ। ਬਾਕੀ ਚਲੋ ਕੋਈ ਚੱਕਰ ਨਹੀਂ, ਕਰਦੇ ਹਾਂ ਵਲੌਗ ਕੰਟੀਨਿਊ। ਮੈਂ ਵੀ ਰੈਡੀ ਹਾਂ, ਕਿਰਨ ਵੀ ਰੈਡੀ ਆ, ਅਤੇ ਅੱਜ ਬੁਟੀਕ ਦੇ ਥੋੜ੍ਹਾ ਜ਼ਿਆਦਾ ਕੰਮ ਆ, ਸੋ ਉੱਥੇ ਟਾਈਮ ਲੱਗ ਜਾਣਾ ਆ। ਬਾਕੀ ਤਾਂ ਕੋਈ ਚੱਕਰ ਨਹੀਂ, ਆਪਾਂ ਆਉਣਾ ਟਾਈਮ ਨਾਲ। ਕਪਤਾਨ, ਘੁੰਮਿਆ ਆ? ਇਹ ਕਹਿੰਦਾ ਘੁੰਮਿਆ ਆ, ਕਿਆ ਹੋਇਆ, ਮੱਖੀਆਂ ਲੜਦੀਆਂ ਭੇੜ ਜਿਹੀ? ਚਲੋ ਕਿਰਨ, ਚਲੀਏ। ਹਜੇ ਹੁਣ ਰੈਡੀ ਸੀਗੀ, ਹੁਣ ਨਿਕਲੀ। ਓਏ, ਮੰਜਾ ਤਾਂ ਕਿਤੇ ਖਿੱਚੀ ਫਿਰਦਾ, ਸੁਹਾਗਾ ਪਾਇਆ ਹੁੰਦਾ ਮਗਰ। ਚਲੋ ਚਲੀਏ, ਚਲੋ ਫਿਰ ਰੈਡੀ ਨਹੀਂ ਹੋਈ ਅਜੇ ਤੱਕ, ਕਿ ਰੈਡੀ ਆ, ਟਾਈਮ ਲੱਗਦਾ। ਚਲ, ਆ ਹੁੰਦੀ ਆ ਸੇਵਾ, ਡੇਲੀ ਪੀਂਦੇ ਆ ਦੁੱਧ, ਦੁੱਧ ਦਾ ਗਲਾਸ ਪੀ ਕੇ ਹੀ ਜਾਂਦੇ ਆ ਦੋਏ, ਐਂ ਅੱਜ ਇੱਕੋ ਹੀ ਆ। ਚਲੋ ਬਚਾਅ ਹੋ ਗਿਆ ਨਹੀਂ, ਚਲੋ ਉੱਦਾਂ ਦਾ ਵਧੀਆ ਪਾਉਣਾ ਚਾਹੀਦਾ, ਪਰ ਇੱਦਾਂ ਇਹ ਤੰਗ ਵੀ ਬਹੁਤ ਕਰਦੇ ਆ ਹੁਣ, ਹੁਣ ਇਹ ਵੱਡੇ ਹੋ ਗਏ ਥੋੜ੍ਹੇ ਜਿਹੇ, ਅਤੇ ਹੁਣ ਇਹ ਸਿੱਧੇ ਅੰਦਰ ਹੀ ਚੱਲ ਜਾਂਦੇ ਆ, ਫਿਰ ਕਪਤਾਨ ਤੋਂ ਡਰ ਰਹਿੰਦਾ ਵੀ ਕਪਤਾਨ ਇਹਨਾਂ ਨੂੰ ਪੈ ਨਾ ਜਾਵੇ। ਚਲੋ ਜੀ, ਹੁਣ ਆ ਗਿਆ ਬੁਟੀਕ 'ਤੇ ਉੱਧਰ, ਅਤੇ ਦੇਖਦੇ ਕਿੰਨਾ ਟਾਈਮ ਲੱਗਦਾ ਇੱਥੇ ਆਉਣ। ਅੱਜ ਤਾਂ ਕਾਫੀ ਟਾਈਮ ਲੱਗ ਗਿਆ ਇੱਥੇ, ਪਹਿਲਾਂ ਤਾਂ ਐਂ ਕਰਨ ਤਾਂ ਹੀ ਉਹ ਕਾਫੀ ਟਾਈਮ ਦੀ, 2 ਘੰਟੇ ਹੋ ਗਏ, ਅਤੇ ਮੈਂ ਹੁਣੇ ਹੀ ਆਇਆ ਅਜੇ। ਹੁਣ ਇਹ ਨਹੀਂ ਵੀ ਅਸੀਂ ਘਰੇ ਚੱਲੇ ਹਾਂ, ਹਜੇ ਆਹ ਮੂਹਰੇ ਪਰੌਂਠੇ ਪਿਆ ਕਰਨ ਦੇ, ਪਰੌਂਠੇ ਵੀ ਆਏ ਹੋਏ ਅੱਜ, ਕਹਿੰਦੇ ਮੇਰੇ ਬਾਅਦ 'ਚੋਂ ਇੱਦਾਂ ਚੜ੍ਹਾਈ ਆ ਕਰਨ ਦੀ, ਅਤੇ ਅਸੀਂ ਅਜੇ ਚੱਲੇ ਕਿੱਥੇ ਹਾਂ, ਸੈਲਰੀ ਕਢਾਉਣ ਅਕਾਊਂਟ 'ਚੋਂ। ਅੱਜ 15-15 ਦਿਨਾਂ ਬਾਅਦ ਹੁਣ ਕਹਿ ਲੈਣ ਹਿਸਾਬ ਕਰ ਦਿੰਦੀ ਬੁਟੀਕ 'ਤੇ, ਸੋ ਅੱਜ ਉਹਨਾਂ ਦਾ ਹਿਸਾਬ ਕਿਤਾਬ ਕਰਨਾ ਆ। ਉਹ ਤਾਂ ਮੈਂ ਕੱਲ੍ਹ ਦੁਬਾਰਾ ਕਹਿ ਦਿੰਦਾ, ਕੱਲ੍ਹ ਨੂੰ ਵੀ ਕਰ ਦਿਓ, ਇੱਦਾਂ ਹੀ ਆ ਤਕੜੇ ਬੰਦੇ ਤੁਸੀਂ ਭਾਈ, ਕੁਛ ਵੀ ਕਰ ਸਕਦੇ ਹਾਂ, ਉੱਦਾਂ ਕਹਿੰਦਾ ਤਕੜੇ ਬੰਦੇ ਤੁਸੀਂ ਭਾਈ। ਚਲੋ ਹੁਣ ਇੱਧਰੋਂ ATM ਸਾਹਮਣੇ ਉੱਧਰ ਪੈਸੇ ਕਢਾ ਕੇ, ਅਤੇ ਫਿਰ ਚੱਲਦੇ ਹਾਂ ਵਾਪਸ ਜੀ। ਬਾਏ ਬਾਏ ਬੁਟੀਕ, ਬਾਏ ਬੁਟੀਕ। ਚਲੋ ਹੁਣ ਆਪਾਂ ਚੱਲੇ ਹਾਂ, ਇੱਕ ਪਰੌਂਠਾ ਬਚਿਆ ਸੀ ਉਹ ਮੈਂ ਭਾਜੀ ਨੇ। ਕੱਲ ਫੇਰ ਕਿਸੇ ਦਾ ਕਮੈਂਟ ਆਇਆ ਤੁਹਾਡਾ ਬੁਟੀਕ ਹੈ? ਨਹੀਂ, ਸਾਰਾ ਰੋਜ਼ ਦਾ ਹੀ ਦੱਸਦੇ ਆ। ਮੈਨੂੰ ਪਲੀਜ਼ ਮੈਨੂੰ ਆਈਸਕ੍ਰੀਮ ਲੈ ਦੇ, ਉਹ ਵਾਲੀ ਕਿਹੜੀ ਆਈਸਕ੍ਰੀਮ? ਆਪਾਂ ਹੀ ਕੋਣ ਉਹ ਲੈ ਦੂੰਗਾ ਮੈਂ, ਕਹਾ ਜੇ ਵੀ ਨਹੀਂ ਕੋ ਭਾਈ ਕਰਦਾ ਇੱਕ ਉਹ ਤਾਂ ਹੈ ਦਾ, ਕਹਿੰਦਾ ਤੁਹਾਡਾ ਬੁਟੀਕ ਵੀ ਇਦਾਂ ਹੀ ਬਹੁਤ ਕੁਐਸਚਨ ਮਾਰਕ ਪਿੱਛੇ ਪਾਇਆ ਸੀ। ਅੱਛਾ, ਤੁਹਾਡਾ ਬੁਟੀਕ ਵੀ ਆ? ਤੇ ਹਾਂਜੀ ਸਾਡਾ ਬੁਟੀਕ ਵੀ ਆ। ਪਰ ਨਹੀਂ ਅਜੇ ਕਾਫੀ ਜਣਾਂ ਨੂੰ ਪਤਾ ਨਹੀਂ ਲੱਗਦਾ ਹੈਗਾ, ਉਹ ਵਾਲੇ ਕੋਲ ਕਈ ਬੰਦੇ ਤਾਂ ਸਕਿੱਪ ਕਰ ਦਿੰਦੇ ਆ, ਜਾਂ ਕਈ ਨੇ ਥੋੜਾ ਥੋੜੀ ਨਹੀਂ ਵੀ ਟਾਈਮ ਲੱਗਦਾ, ਕਈਆਂ ਦੇ ਕਮੈਂਟ ਆਉਂਦੇ ਸੀ ਬੀਜ਼ੀ, ਕਈਆਂ ਨੂੰ ਉਦਾਂ ਹੀ ਲੱਗਦਾ ਰਹਿੰਦਾ ਵੀ ਇਹ ਵੀ ਜਿੱਦਾਂ ਬਾਕੀ ਲੋਕੀ ਕਰਦੇ ਰਹਿੰਦੇ ਪ੍ਰੋਮੋਸ਼ਨ ਆ, ਇਹ ਕਰੇ ਉਹ ਕੰਮ ਆ, ਆਪਣਾ ਪ੍ਰੋਮੋਸ਼ਨ ਵਾਲਾ ਕੰਮ, ਆਪਣਾ ਕੰਮ ਹੈ ਨਹੀਂ ਉਹ ਵਾਲਾ, ਆ ਗਲੀ 'ਚ ਜਾਣਾ ਤੁਸੀਂ, ਇੱਧਰ ਬੁਟੀਕ ਆ ਆਪਣਾ, ਆ GN ਫੂਡ। ਨਹੀਂ ਨਹੀਂ ਉਦਾਂ ਗੱਲ ਕਰਦਾ ਵੀ ਕਈ ਬੰਦੇ ਨਹੀਂ ਵੀ ਦੇਖ ਹੁੰਦੇ ਜਿਹੜੇ ਬੰਦੇ ਬੀਜ਼ੀ ਹੁੰਦੇ ਕੰਮ, ਕਹਿੰਦੇ ਸਾਨੂੰ ਕਹਿੰਦੇ ਸਾਨੂੰ ਇੰਨਾ ਟਾਈਮ ਹੋ ਗਿਆ ਬਲੌਗ ਦੇ ਤਾਂ, ਸਾਨੂੰ ਪਤਾ ਹੀ ਜਿਹੜੇ ਮੇਰੇ ਕੋ ਹੁਣ ਮੇਰੇ ਕਸਟਮਰ ਬਣੇ ਵੀ ਆ ਵਿੱਚ ਉਹ, ਪਰ ਜਿੱਦਾਂ ਕਈ ਟਾਈਮ ਲੱਗਦਾ ਦੇਖਣ ਨੂੰ, ਉਹਨਾਂ ਨੂੰ ਪਤਾ ਹੀ ਨਹੀਂ ਦੇ ਵਿੱਚ ਨਹੀਂ ਪਤਾ ਲੱਗਦਾ, ਕਹਿੰਦੇ ਅਸੀਂ ਕਿਹਾ ਵੀ ਪਤਾ ਨਹੀਂ। ਹੁਣ ਆਈਸਕ੍ਰੀਮ ਲੈਣੀ ਆ? ਇੱਕ ਆਈਸਕ੍ਰੀਮ, ਉਹ ਕਿਹੜਾ ਸੁਣਿਆ, ਇੱਕ ਆਈਸਕ੍ਰੀਮ ਦੇ ਦਿਓ ਭਾਜੀ, ਪਰ ਮੈਂ ਸੁਣਾ ਦਿੰਨੀ ਆ, ਹੁਣ ਸ਼ੀਸ਼ਾ ਖੋਲੇ ਕੇ ਦੋ ਸ਼ੀਸ਼ਾ, ਆਈਸਕ੍ਰੀਮ ਚ ਜ਼ਿਆਦਾ ਪਾ ਦਿਓ, ਕੀ 20 ਵਾਲੀ ਦੇ ਦੋ, ਉਸ ਵਿੱਚ ਚੈਰੀ ਬਹੁਤ ਜ਼ਿਆਦਾ ਡਾਲ ਦੇਣਾ, ਬੜੀ ਵਾਲੀ, ਹਾਂ ਜੈਲੀ ਵਾਲੀ, ਕਿਆ ਸਿੱਧਾ ਕੁਝ ਦੱਸਦਾ ਸੀ ਕੀ ਪਾਉਣਾ ਉਹਨੂੰ, ਵਿੱਚ ਜ਼ਿਆਦਾ ਪਾ ਦਿਓ, ਔਖਾ ਹੀ ਆ ਤੇਰਾ, ਔਰ ਉਹਨੂੰ ਚੈਰੀ ਵੀ ਕਹਿ ਤੂੰ ਕਿ ਜੈਲੀ ਵਾਲੀ ਚੈਰੀ ਜ਼ਿਆਦਾ ਪਾ ਦਿਓ, ਉਹ ਸਾਡੀ ਸਵਾਦ ਹੀ ਬਹੁਤ ਲੱਗਦੀ ਨਾ, ਸਾਲੀ ਦੇਖ ਲੈ ਗੱਲ,
ਚਲੋ ਤੇ ਬਾਕੀ ਟਾਈਮ 12:41 ਹੋ ਗਿਆ ਤੇ ਸੈਲਡ ਵੀ ਲਿਆਂਦੇ ਉਹ ਸੈਲਡ ਪਿੱਛੇ ਪਿਆ ਆਪਣੇ ਰੋਜ਼ ਹੀ ਖਾ ਲੈਂਦਾ ਮੈਂ ਵੀ ਖਾਣਾ ਆ ਪਨੀਰ ਸੈਲਡ ਤੇਰੀ ਚੜਾਈ ਹਿਸਾਬ ਦੇਖਿਆ ਜੋ ਮਰਜ਼ੀ ਹੋਵੇ ਐਨ ਓਕੇ ਰਿਪੋਰਟ ਹੀ ਆ ਕੰਮ ਦੇਖ ਲੈਣਾ ਮੇਰਾ ਬਟੂਆ ਹੋਣਾ ਇੱਥੇ ਪਿਆ ਮੈਂ ਪਰਸੇ ਘਰੇ ਹੀ ਆ ਔਖਾ ਹੀ ਹੋ ਗਿਆ ਕੰਮ ਸੱਚੀ ਪਰਸੇ ਘਰੇ ਆ ਮਜ਼ਾਕ ਨਹੀਂ ਕਰਦਾ ਘਰ ਛੱਡਿਆ ਕੱਲ੍ਹ ਦਾ ਮੈਂ ਕੱਢਿਆ ਸੀ ਚਲੋ ਚਲੀਏ ਹੁਣ ਚਲੀਏ ਕਿ ਫਿਰ ਆਉਣਾ ਇਸ ਮਿਲਕ ਸ਼ੇਕ ਦੇ ਲੈਣਾ ਅੱਛਾ ਪੈਸੇ ਤੋੜ ਕੇ ਮੋੜਨੇ ਹਜੇ ਓਕੇ ਚਲੋ ਕਰਦੇ ਹਾਂ ਦੱਸੋ ਜਿਹੜੇ ਬੰਦੇ ਨੂੰ ਥੈਂਕ ਯੂ ਜਿਹੜੇ ਬੰਦੇ ਨੂੰ ਨਾ ਦੁੱਧ ਨਹੀਂ ਪਸੰਦ ਹੈਗਾ ਹਾਂ ਪਰ ਉਹਨੂੰ ਜ਼ਰੂਰੀ ਵੀ ਆ ਮੇਰੀਆਂ ਹੱਡੀਆਂ ਕੜ ਕੜ ਕਰਦੀਆਂ ਸੀਗੀਆਂ ਥੰਮ ਜੇ ਪੈਂਦੇ ਸੀ ਤੇ ਮੇਰੇ ਇੱਥੇ ਆਹ ਹੱਡੀਆਂ ਚ ਕੜ ਕੜ ਹੁੰਦੀ ਸੀ ਉਹ ਸਾਰੀ ਹਟ ਗਈ ਕਿਉਂਕਿ ਕਮਜ਼ੋਰੀ ਨਾ ਹੋ ਜਾਂਦਾ ਕੈਲਸ਼ੀਅਮ ਦੀ ਘਾਟ ਨਾ ਹੋ ਜਾਂਦਾ ਜਿੱਦਾਂ ਨਹੀਂ ਕਈ ਬੱਚੇ ਵੀ ਨਹੀਂ ਪੀਂਦੇ ਉਹਨੇ ਹਾਂ ਤੂੰ ਵੀ ਬੱਚੀ ਆ ਨਿੱਕੀ ਜੀ ਰਹਿ ਗਈ ਮੈਂ ਸ਼ੁਰੂ ਤੋਂ ਨਹੀਂ ਪੀਤਾ ਕਰਕੇ ਉਹੀ ਕਹਿੰਦਾ ਵਾ ਤੂੰ ਵੀ ਬੱਚੀ ਆ ਜੇ ਨਿੱਕੀ ਜੀ ਤਾਂ ਹੈਗੀ ਤੂੰ ਹਜੇ ਹਜੇ ਤਾਂ ਵੱਡੀ ਹੋਣਾ ਹੌਲੀ ਹੌਲੀ ਪਾਲਣਾ ਸ਼ੁਰੂ ਕੀਤਾ ਮੈਂ ਤੂੰ ਆਈ ਸੀ ਵਿਆਹ ਕੇ ਤੂੰ ਕੁਛ ਵੀ ਨੀ ਖਾਂਦੀ ਸੀ ਮੈਂ ਆਹ ਨੀ ਖਾਂਦੀ ਮੈਂ ਉਹ ਨੀ ਖਾਂਦੀ ਮੈਂ ਕੁਰਕੁਰੇ ਖਾਂਦੀ ਬਸ ਲੇਜ਼ ਨੀ ਖਾਂਦੀ ਕੁਛ ਵੀ ਨੀ ਨਾ ਦੁੱਧ ਪੀਂਦੀ ਸੀ ਨਾ ਨਾ ਰੋਟੀ ਨਾ ਕੁਛ ਬਸ ਕੁਰਕਰੇ ਹੁਣ ਸਵੇਰ ਨੂੰ ਕੁਰਕਰੇ ਹੁਣ ਸ਼ਾਮ ਨੂੰ ਬਰਗਰ ਹੋਵੇ ਪੈਟੀ ਹੋਵੇ ਬਸ ਦੇਖਿਆ ਮੈਂ ਹੀ ਭੱਜ ਨੈਟ ਤੇ ਆ ਗਏ ਰੋਟੀ ਤੈਨੂੰ ਮੈਂ ਖਾਣ ਲਾਇਆ ਉਹ ਗਿਆ ਨੀ ਤੇ ਪਵਨ ਰੋਟੀ ਵੀ ਤੂੰ ਖਾਣ ਲਾਇਆ ਯਾਰ ਥੈਂਕ ਯੂ ਸੋ ਮਚ ਤੁਸੀਂ ਹੁਣ ਤੁਸੀਂ ਆ ਗਏ ਮੈਂ ਇਕੱਲਾ ਬਰਗਰ ਤੈਨੂੰ ਪਵਨ ਆ ਗਿਆ ਸੀ ਔਖਾ ਹੀ ਆ ਤੇਰਾ ਚਲੋ ਚਲੀਏ ਹੋਰ ਕੀ ਵਾਰੀ ਹੋਇਆ ਕਿ ਅਸੀਂ 1 ਵਜੇ ਘਰੇ ਆ ਗਏ ਵਾਹ ਕੀ ਬਾਤ ਹੈ 1 ਵਜੇ ਚਲੋ ਹਾਂਜੀ ਤੇ ਲਓ ਜੀ ਸ਼ਾਮ ਦੇ 7:30 ਵੱਜ ਗਏ ਆ ਤੇ ਹੁਣ ਚੱਲਿਆ ਗਿਆ ਬਾਹਰ ਨੂੰ ਇਹਨੂੰ ਮੈਂ ਬੰਨਿਆ ਕਪਤਾਨ ਨੂੰ ਘੁਮਾ ਕੇ ਲਿਆ ਕਿਉਂਕਿ ਉਹ ਕੁੱਤੀ ਅੰਦਰ ਬੈਠਦੀ ਆ ਓਏ ਤੂੰ ਬਾਹਰ ਚੱਲ ਤੂੰ ਅੰਦਰ ਹੀ ਕਰਦੀ ਆ ਕਿਰਨ ਉਹ ਕਤੂਰੀ ਤੇਰੀ ਅੰਦਰ ਆ ਗਈ ਚਲੋ ਕੋਈ ਚੱਕਰ ਨਹੀਂ ਤੇ ਹੁਣ ਚੱਲਿਆ ਗਿਆ ਮੈਂ ਬਾਹਰ ਨੂੰ ਮਾੜਾ ਘੁੰਮ ਫਿਰ ਆਈਏ ਤੇ ਗੇੜੀ ਗੁੜੀ ਮਾਰ ਕੇ ਵੀ ਆ ਗਿਆ ਥੋੜ੍ਹਾ ਜਿਹਾ ਬਾਕੀ ਸਭ ਵਧੀਆ ਕਿਰਨ ਮੈਂ ਗੇੜੀ ਮਾਰ ਚੱਲਾਂ ਹੋ ਗਿਆ ਯਾਰ ਤੂੰ ਕਿਆ ਟੀ ਸ਼ਰਟ ਦੇਖਦਾ ਮੇਰੇ ਭਾਈ ਫਿਰਦੀ ਤੇਰੇ ਕਿੰਨੀ ਕਿੰਨੀ ਕਿਤੇ ਲੱਗਦੀ ਤੂੰ ਬਜਰਾ ਟੀ ਸ਼ਰਟ ਦੇ ਤੂੰ ਆਪ ਸੋਚ ਔਖਾ ਹੀ ਆ ਤੇਰਾ ਲੈ ਕਿੱਡਾ ਚੀਤਾ ਭਾਈ ਫਿਰਦੀ ਤੂੰ ਐਡੀ ਸ਼ੇਰਨੀ ਸ਼ੇਰਨੀ ਆ ਔਖਾ ਮੈਂ ਕਹਿੰਦਾ ਮੈਂ ਗੇੜੀ ਲਾਉਣ ਚੱਲਾਂ ਖੋਲ ਗੇੜ ਚੱਲ ਹੈਲੋ ਗੇੜੀਆਂ ਗੁੜੀਆਂ ਲਾਇਆ ਕਰੀਏ ਹੋਰ ਕਰਨਾ ਕਿ ਵਿਹਲ ਹੀ ਹਾਂ ਖੋਲ ਗੇੜ ਚੱਲ ਏਦਾਂ ਜਾਈਦਾ ਗੇੜੀ ਲਾਉਣ ਵੀ ਗੇੜ ਇੱਥੋਂ ਖਿਲਾ ਕੇ ਹੈਲੋ
ਰੱਜਦੀ ਨਹੀਂ ਸਾਰਾ ਦਿਨ ਕੋਈ ਖਾ ਖੂ ਕੇ। ਚੱਲ ਖੋਲ ਗੇਟ। ਕਰਨ ਲੱਗੀ ਯੂਟਿਊਬ ਦਾ ਕੰਮ ਕਰਨ ਮੈਨੂੰ ਹੁਣ ਕਹੀ, ਮੈਂ ਕਿਹਾ ਚੱਲ ਹੁਣ ਤੂੰ ਲਾਈਵ ਕਰਦੇ ਵਲੋਗ। ਅੱਜ ਵਲੋਗ ਥੋੜ੍ਹਾ ਲੇਟ ਹੋ ਗਿਆ ਐਡ ਕਰਨ ਨੂੰ, ਕਿਉਂਕਿ ਮੈਂ ਥੱਕ ਗਿਆ ਸੀਗਾ ਜਿਮ 'ਤੇ ਆ ਕੇ, ਮੈਂ ਥੱਕ ਕੇ ਸੌ ਗਿਆ। ਹਾਂ ਨਾਲੇ ਗਾੜੀ ਹੋ ਗਈ ਉੱਠ ਕੇ, ਕਿਉਂਕਿ ਮਾਲਕ ਤਾਂ ਆ ਗਏ ਆ, ਚੀਜ਼ ਪਤਾ ਨਹੀਂ ਹੱਥ 'ਚ ਲੱਗਦੀ ਆ। ਜੋ ਮਰਜ਼ੀ ਪਾ ਦੇਣ ਕਿਹੜਾ, ਉਹ ਖਾ ਗਈ ਕੁਛ ਚੱਕ ਕੇ, ਮੱਕੀ ਦਾ ਦਾਣਾ ਖਾ ਗਈ ਦੇ ਚੱਕ ਕੇ। ਔਖਾ, ਚੱਲ ਖੋਲ੍ਹ ਗੇਟ, ਵੱਡੀ ਤੂੰ ਸ਼ੇਰਨੀ। ਚਲੋ ਬਾਕੀ ਕਰਦੇ ਆ ਫਿਰ ਵਲੌਗ ਕੰਟੀਨਿਊ। ਹਾਂਜੀ ਕੀ ਹਾਲ ਚਾਲ ਆ ਪ੍ਰਧਾਨ ਸਾਰਿਆਂ ਦਾ। ਲਓ ਜੀ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਵਾਂ, ਕੱਲ੍ਹ ਵਲੌਗ ਆਇਆ ਨਹੀਂ, ਕੱਲ੍ਹ ਕਿਸੇ ਦਾ ਕਮੈਂਟ ਫਿਰ ਆਇਆ ਸੀਗਾ, ਕਹਿੰਦੇ ਯਾਰ ਅਸੀਂ ਵਲੌਗ ਡੇਲੀ ਦੇਖਣੇ ਹੁੰਦੇ ਪਰ ਤੁਸੀਂ ਪਾਉਣੇ ਨਹੀਂ, ਤੁਸੀਂ ਸਾਨੂੰ ਦੱਸ ਦਿਓ ਕਿੱਦਾਂ ਕਰਨੀ ਆ। ਮੈਂ ਤੁਹਾਨੂੰ ਇੱਕ ਗੱਲ ਦੱਸ ਦੇਵਾਂ, ਕੱਲ੍ਹ ਦਾ ਵਲੌਗ ਬਣਿਆ ਸੀਗਾ, ਅੱਜ ਤਾਂ ਅਸੀਂ ਕਿਤੇ ਹੋਰ ਗਏ ਸੀ, ਮੈਂ ਕੈਰਨ ਨੂੰ ਪੁੱਛ ਲਓ ਅੱਜ ਪਾਏ ਵਾਲਾ ਵਲੌਗ ਪਾਇਆ। ਨਹੀਂ ਨਹੀਂ ਝੂਠ ਬੋਲਦਾ ਆ। ਨਹੀਂ ਨਹੀਂ ਮਜ਼ਾਕ ਨਹੀਂ ਕਰਦੇ, ਅੱਜ ਕਹਿੰਦੇ ਸੀ ਆਪਾਂ ਝੂਠ ਜੀ ਮੱਥਾ ਟੇਕਣ। ਹੁਣ ਕਾਫੀ ਜਣੇ ਨੇ ਕਹਿਣਾ ਤੁਸੀਂ ਇੱਧਰ ਆਏ, ਤੁਸੀਂ ਦੱਸਿਆ ਨਹੀਂ ਜੇ ਉਹ ਸਾਡਾ ਵੀ ਇਹਦੇ ਖੜੇ ਪੈਰ ਪਲੈਨ ਬਣ ਗਿਆ, ਕਿਉਂਕਿ ਸਾਡੇ ਤੋਂ ਖੜੇ ਪੈਰ ਪਲੈਨ ਇੱਦਾਂ ਬਣਿਆ। ਮੈਂ ਮੰਮੀ ਨੂੰ ਵੀ ਦੱਸਿਆ, ਮੈਂ ਆਪਣੇ ਭਰਾ ਨੂੰ ਫੋਨ ਕੀਤਾ ਰਾਤੀ, ਤੇ ਉਹਨੇ ਮੰਮੀ ਨੂੰ ਵੀ ਦੱਸਿਆ ਸਵੇਰ ਨੂੰ, ਕਹਿੰਦਾ ਅੱਜ ਅਸੀਂ ਉੱਥੇ ਨਹੀਂ ਜਾਣਾ ਆ, ਤੇ ਅੱਜ ਅਸੀਂ ਉੱਧਰ ਗਏ ਸੀਗੇ। ਸੋ ਇਹ ਵਲੌਗ ਦਾ ਕੱਲ ਦਾ ਬਣਿਆ ਸੀ, ਪਰ ਸਾਡੇ ਤੋਂ ਐਡਿਟ ਨਹੀਂ ਕਰ ਹੋਇਆ, ਕੱਲ ਵੀ ਬਹੁਤ ਬਿਜ਼ੀ ਸੀਗਾ ਮੈਂ। ਸੋ ਅੱਜ ਵੀ ਸਾਰਾ ਦਿਨ ਲੰਘ ਗਿਆ, ਹੁਣ ਵੀ ਟਾਈਮ ਸ਼ਾਮ ਦੇ 7:30 ਹੋ ਗਿਆ, ਤੇ ਹੁਣ ਐਡਿਟ ਕਰਦਾ ਪਿਆ ਵਲੌਗ, ਤੇ ਹੁਣ ਮੈਨੂੰ ਤਾਂ ਚੇਤਾ ਆਇਆ ਨਹੀਂ, ਮੈਂ ਕਿਹਾ ਫਿਰ ਵੀ ਦੱਸ ਦੇਵਾਂ। ਤੁਸੀਂ ਫੇਰ ਕਹਿ ਦੇਣਾ ਸਾਰਿਆਂ ਨੇ ਕਿੱਦਾਂ ਡੇਲੀ ਵਲੌਗ ਪੈ ਗਿਆ, 5-6 ਦਿਨ, 4 ਦਿਨ, 2 ਦਿਨ। ਮੈਂ ਤਾਂ ਪਹਿਲੇ ਦੱਸਿਆ ਸੀ ਇਹਨਾਂ ਨੂੰ, ਮੈਂ 6-7 ਦਿਨ ਲਗਾਤਾਰ ਪਾਇਆ ਵਲੌਗ। ਜੋ ਮਰਜ਼ੀ ਹੋਵੇ, ਜੋ ਮਰਜ਼ੀ ਐਵੇਂ ਹੋਵੇ, ਤੇ ਤਾਂ 1-2 ਦਿਨ ਗਿਆ ਸੀ। ਹਾਂਜੀ ਜਵਾਨ ਤੇ ਰਹੀਦਾ ਹੁੰਦਾ, ਆਪਾਂ ਜਿਹੜੀ ਗੱਲ ਕਹਿਤੀ ਉਹ ਪੂਰੀ। ਗੈਪ ਤਾਂ ਗੈਪ ਹੀ ਆ, ਜੋ ਮਰਜ਼ੀ ਉਹ ਗੈਪ ਨੂੰ ਵੀ ਟੈਨਸ਼ਨ ਲਈਦੀ। ਤੇ ਮੈਂ ਵੀਡੀਓ ਸੁਣਾਈ ਸੀ ਨਾ ਇੱਕ, ਕੱਲ ਪਰਸੋਂ ਜੇ ਤਾਂ ਕਰਨੀ ਪੈਂਦੀ ਆ ਦੂਰੀ, ਤਾਂ ਕਹਿੰਦੇ ਦੂਰੀ ਭਾਵੇਂ ਇੰਚ ਦੀ ਹੋਵੇ, ਦੂਰੀ ਤਾਂ ਦੂਰੀ ਆ, ਗੈਪ ਤਾਂ ਗੈਪ ਹੈ। ਤੁਹਾਨੂੰ ਪਤਾ ਵੀ ਲੱਗ ਜਾਣਾ ਜਲਦੀ ਕਾਹਦੇ ਬਿਜ਼ੀ ਆ ਜਾਂ ਕਈ ਚੱਕਰ ਆ, ਠੀਕ ਆ। ਕੁਛ ਨਵਾਂ ਕੁਛ ਅਸੀਂ ਲੈ ਕੇ ਆਵਾਂਗੇ, ਸਰਪ੍ਰਾਈਜ਼ ਸ਼ਾਇਦ ਕੋਈ ਨਵਾਂ ਬਿਜ਼ਨਸ ਸ਼ੁਰੂ ਕਰਨ ਲੱਗੇ ਹਾਂ ਅਸੀਂ, ਉਸ ਤਿਆਰੀ 'ਚ ਲੱਗੀਆਂ ਵਾ, ਠੀਕ ਆ। ਬਾਕੀ ਤੁਹਾਨੂੰ ਲੱਗ ਜਾਣਾ ਪਤਾ, ਥੋੜ੍ਹੇ ਦਿਨ ਦਾ ਟਾਈਮ ਦਿਓ, ਅਤੇ ਤਾਂ ਕਰਕੇ ਵਲੌਗ ਥੋੜ੍ਹੇ ਛੋਟੇ ਹੋ ਜਾਂਦੇ ਆ, ਠੀਕ ਆ। ਜਿੰਨਾ ਵੀ ਹੁੰਦਾ ਬਾਕੀ ਆਪਾਂ ਬਣਾਈਦਾ, ਕੰਟੀਨਿਊ ਰੱਖੀਦਾ। ਸੋ ਆਹ ਵਾਲਾ ਵਲੌਗ ਹੁਣ ਆਪਾਂ ਇੱਥੇ ਐਂਡ ਕਰਦੇ ਹਾਂ, ਠੀਕ ਆ ਜੀ। ਵਲੌਗ ਵਧੀਆ ਲੱਗਿਆ ਜਾਂ ਤੁਹਾਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ, ਅਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਓ। ਬਸ ਲੈ, ਬਸ ਚੰਗਾ ਜੀ, ਬਾਏ ਬਾਏ।